ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀ ਵੀ ਅਤੇ ਮੈਂ ਹਾਂ ਤੁਹਾਡਾ ਦੋਸਤ ਅਬਦੁਲ ਵਖਦ। ਦੋਸਤੋ ਮਾਸ਼ਾਅੱਲਾ, ਅੱਜ ਮੈਂ ਤੁਹਾਡੇ ਵਾਸਤੇ ਇੰਤਹਾਈ ਸਸਤੀ ਅਤੇ ਬਹੁਤ ਹੀ ਬਿਹਤਰੀਨ ਇਹ ਜ਼ਰਈ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਇਨਸ਼ਾਅੱਲਾ ਉਮੀਦ ਹੈ ਕਿ ਤੁਹਾਨੂੰ ਇਹ ਬੜੀ ਪਸੰਦ ਆਵੇਗੀ। ਦੋਸਤੋ ਮਾਸ਼ਾਅੱਲਾ 121 ਕਨਾਲ, ਦੋਸਤੋ 121 ਕਨਾਲ ਇਹ ਜ਼ਰਈ ਜ਼ਮੀਨ ਹੈ। ਇੱਕ ਹੀ ਮਾਲਕ ਹੈ, ਜ਼ਮੀਨ ਦੇ ਅੰਦਰ ਮਾਸ਼ਾਅੱਲਾ ਡੇਰਾ ਬਣਿਆ ਹੋਇਆ ਹੈ। ਡੇਰਾ ਆਪਾਂ ਨੂੰ ਜ਼ਮੀਨ ਦੇ ਅੰਦਰ ਮਿਲੇਗਾ। ਇਸ ਤੋਂ ਇਲਾਵਾ ਇਹ ਬੋਰ ਹੋਇਆ ਹੈ, ਟਿਊਬਵੈੱਲ ਲੱਗਿਆ ਸਮਝ ਲਓ ਕਿ, ਵੇਖੋ ਨਾ ਵੱਡਾ ਬੋਰ ਹੋਇਆ ਹੈ। ਸਾਹਮਣੇ ਭਰਾਵਾਂ ਦੇ ਸੋਲਰ ਪਲੇਟਾਂ ਕਿ ਇੱਥੇ ਸਿਸਟਮ ਲਾਇਆ ਮਾਲਕ ਨੇ ਸੋਲਰ, ਕਿ ਗੈਸ ਦੇ ਆਪਣਾ ਬਿਜਲੀ ਦੇ ਖੰਭੇ ਨਹੀਂ ਹੈਗੇ, ਲੇਕਿਨ ਇੱਥੇ ਸੋਲਰ ਸਿਸਟਮ ਦੀ ਮੁਕੰਮਲ ਜਿਹੜੀ ਕਿ ਸਹੂਲਤ ਮੌਜੂਦ ਹੈ ਕਿ ਬਿਜਲੀ ਪਾਣੀ ਹਰ ਚੀਜ਼ ਮੌਕੇ 'ਤੇ ਮਿਲੇਗਾ। ਜ਼ੇਰੇ ਜ਼ਮੀਨ ਪਾਣੀ ਬਿਲਕੁਲ ਛਿੜਤੀਆਂ ਮਿੱਠਾ ਹੈ ਕਿ ਹੈ ਹੀ ਮਿੱਠਾ ਹੈ, ਭਾਵੇਂ 50 ਫੁੱਟ, ਭਾਵੇਂ 60 ਫੁੱਟ, ਭਾਵੇਂ 200 ਫੁੱਟ, ਜ਼ੇਰੇ ਜ਼ਮੀਨ ਪਾਣੀ 60 ਫੁੱਟ ਤੋਂ ਬਾਅਦ ਮਿੱਠਾ ਆ ਜਾਂਦਾ ਹੈ। ਜ਼ਿਲ੍ਹਾ ਚਕਵਾਲ, ਦੋਸਤੋ ਚਕਵਾਲ ਸ਼ਹਿਰ ਦੇ ਬਿਲਕੁਲ ਕਰੀਬ ਮੇਨ ਰੋਡ, ਮੇਨ ਜੀਟੀ ਰੋਡ ਜਿਹੜਾ ਕਿ ਸੁਹਾਵਾ ਜੀਟੀ ਰੋਡ ਹੈ, ਜਿਹੜਾ ਕਿ ਚਕਵਾਲ ਤੋਂ ਜਾ ਰਿਹਾ ਹੈ ਸੁਹਾਵਾ, ਜਿਹਨੂੰ ਕਹਿੰਦੇ ਨੇ ਸੁਹਾਵਾ ਜੀਟੀ ਰੋਡ ਮੇਨ ਰੋਡ। ਸਿਰਫ 6 ਜਾਂ 7 ਕਿਲੋਮੀਟਰ ਸਫ਼ਰ ਇਸ ਜ਼ਮੀਨ ਤੋਂ ਮੌਕੇ ਤੱਕ, ਜਿਹੜਾ ਕਿ ਲਿੰਕ ਰੋਡ ਆਉਂਦਾ ਹੈ, ਸਿਰਫ ਇਹ ਰਕਬੇ ਦੇ ਕਰੀਬ ਆ ਕੇ, ਇਹ ਡੇਰੇ ਦੇ ਕਰੀਬ ਆ ਕੇ ਇੱਥੇ 250 ਫੁੱਟ ਕੱਚਾ ਹੋ ਜਾਂਦਾ ਹੈ। ਸਿਰਫ 250 ਫੁੱਟ ਕੱਚਾ ਹੈ, ਬਾਕੀ ਪਿੱਛੇ ਜਿਹੜਾ ਕਿ ਉਹ ਲਿੰਕ ਰੋਡ ਹੈ ਅਤੇ ਮੁਕੰਮਲ ਰਸਤਾ ਮਾਸ਼ਾਅੱਲਾ ਸਰਕਾਰੀ ਹੈ। ਜਿਹੜਾ 250 ਫੁੱਟ ਕੱਚਾ ਰਸਤਾ ਹੈਗਾ, ਉਹ ਮਾਲਕ ਨੇ ਮੁੱਲ ਲਿਆ ਹੈ, ਉਹ ਆਪਣਾ ਹੈ। ਪਿੱਛੇ 6 ਕਿਲੋਮੀਟਰ ਲਿੰਕ ਰੋਡ ਹੈ। ਭਰਾਵਾਂ ਦੇ ਸਾਹਮਣੇ 121 ਕਨਾਲ ਜ਼ਮੀਨ ਹੈ। ਨਾਲ ਮੈਂ ਭਰਾਵਾਂ ਨੂੰ ਇਹ ਵੀ ਦੱਸ ਦੇਵਾਂ ਕਿ ਜਿਹੜਾ ਚਕਵਾਲ ਹੈ, ਰਾਵਲ ਪਿੰਡੀ ਹੈ, ਇਸ ਸਾਈਡ 'ਤੇ ਗਿਣਤੀ ਹੁੰਦੀ ਕਨਾਲ ਦੀ, ਏਕੜ ਦੀ ਨਹੀਂ, ਸਿਰਫ ਇਸ ਸਾਈਡ 'ਤੇ ਕਨਾਲ ਸਮਝਿਆ ਜਾਂਦਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਇਹ ਕਿੰਨੇ ਏਕੜ ਜ਼ਮੀਨ ਹੈਗੀ ਹੈ, ਇਸ ਤਰ੍ਹਾਂ ਚਕਵਾਲ ਰਾਵਲ ਪਿੰਡੀ ਦੇ ਇਲਾਕੇ 'ਚ ਗਿਣਤੀ ਹੁੰਦੀ ਏਕੜ ਦੀ। ਇਸ ਵਾਸਤੇ ਜਿਹੜੀ ਜ਼ਮੀਨ ਹੋਵੇ ਉਸ ਇਲਾਕੇ ਦੀ, ਉਹਦੇ ਵਿੱਚ ਮੈਂ ਗੱਲ ਕਰਦਾ ਹੁੰਦਾ ਕਨਾਲ ਦੀ ਕਿ ਜਾਂ ਕਿੰਨੇ ਕਨਾਲ ਹੈ। ਜਿਹੜੀ ਮੇਰੇ ਇਲਾਕੇ 'ਚ ਜ਼ਮੀਨ ਹੋਵੇ ਉਹਦੀ ਮੈਂ ਗੱਲ ਕਰਦਾ ਹੁੰਦਾ ਏਕੜ ਦੀ ਕਿ ਜਾਂ ਕਿੰਨੀ ਏਕੜ ਹੈ। ਇਹ ਵੇਖੋ ਦੋਸਤੋ, ਇਹ ਮੁਕੰਮਲ ਜ਼ਮੀਨ ਜ਼ਰਖੇਜ਼ ਹੈ, ਇੱਕ ਹੀ ਮਾਲਕ ਦੇ ਨਾਂ ਹੈ ਤੁਹਾਡੇ ਸਾਹਮਣੇ। ਇਸ ਤੋਂ ਇਲਾਵਾ ਦੋਸਤੋ, ਇੰਤਹਾਈ ਕਮ ਕੀਮਤ ਵਿੱਚ ਇਹ ਜ਼ਮੀਨ ਹੈ ਆਪਣੇ ਕੋਲ। ਇਹਦੇ ਅੰਦਰ ਮਾਸ਼ਾਅੱਲਾ ਪਾਣੀ ਵਾਸਤੇ ਹੋਲ ਬਣਿਆ ਹੋਇਆ ਹੈ, ਕਿ ਪਾਣੀ ਜਮ੍ਹਾਂ ਕਰਨ ਵਾਸਤੇ ਇਹਦੇ ਵਿੱਚ ਹੋਲ ਬਣਿਆ ਹੋਇਆ ਹੈ, ਕਿ ਪਾਣੀ ਦਾ ਇੱਥੇ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੈਗਾ। ਥੋੜ੍ਹੇ ਫਾਸਲੇ 'ਤੇ ਬਿਜਲੀ ਵੀ ਹੈਗੀ, ਲੇਕਿਨ ਫਿਲਹਾਲ ਇੱਥੇ ਮੌਕੇ 'ਤੇ ਬਿਜਲੀ ਨਹੀਂ ਹੈਗੀ। ਇਸ ਵਾਸਤੇ ਮਾਲਕ ਨੇ ਸੋਲਰ ਸਿਸਟਮ ਦਾ ਜਿਹੜਾ ਕਿ ਇੱਥੇ ਮੁਕੰਮਲ ਸਹੂਲਤ ਮੌਜੂਦ ਹੈ, ਇਹ ਤੁਹਾਡੇ ਸਾਹਮਣੇ ਪਾਣੀ ਦਾ ਹੋਲ ਬਣਿਆ ਹੋਇਆ ਹੈ। ਆਪਾਂ ਇੱਕ ਦਫ਼ਾ ਭਰਾਵਾਂ ਨੂੰ ਦਿਖਾ ਚੁੱਕੇ ਹਾਂ ਅਤੇ ਫਿਰ ਦਿਖਾਉਂਦੇ ਪਏ ਹਾਂ। ਵੇਖੋ, ਪੱਕਾ ਹੋਲ, ਮਜ਼ਬੂਤ ਹੋਲ ਇੱਥੇ ਪਾਣੀ ਦਾ ਬਣਿਆ ਹੋਇਆ ਹੈ। ਤੁਸੀਂ ਇਹਨੂੰ ਵਧਾ ਵੀ ਸਕਦੇ ਜੀ ਆਪਣੀ ਮਰਜ਼ੀ ਦੇ ਮੁਤਾਬਕ। ਅਤੇ ਦੋਸਤੋ, 121 ਕਨਾਲ ਜ਼ਰੀ ਜ਼ਮੀਨ ਆਪਣੇ ਕੋਲ ਚਕਵਾਲ ਸ਼ਹਿਰ ਦੇ ਕਰੀਬ, ਇਹਦੀ ਡਿਮਾਂਡ ਕੀਤੀ ਹੈ ਫੀ ਕਨਾਲ ਦੇ ਹਿਸਾਬ ਨਾਲ 1,25,000, ਮਿਸਾਲ ਤੌਰ 'ਤੇ 1,25,000। ਦੋਸਤੋ, 1,25,000 ਫੀ ਕਨਾਲ ਡਿਮਾਂਡ ਹੈ। ਥੋੜ੍ਹੀ ਬਹੁਤੀ ਕਮੀ ਪੇਸ਼ੀ ਪਿਆਰ ਮੁਹੱਬਤ ਹੋ ਜਾਏਗਾ। ਇੱਕ ਹੀ ਮਾਲਕ ਦੀ ਜ਼ਮੀਨ ਹੈ, ਆਪਾਂ ਨੂੰ ਜ਼ਮੀਨ ਮੁਕੰਮਲ ਮਿਲੇਗੀ, ਕੰਮ ਨਹੀਂ ਮਿਲੇਗੀ। ਕਿਸੇ ਵੀ ਮੇਰੇ ਦੋਸਤ ਨੇ ਖਰੀਦਣੀ ਹੋਵੇ, ਆਪਣਾ ਵਟਸਐਪ ਨੰਬਰ ਐਂਡ ਕਾਲ ਨੰਬਰ ਤੁਹਾਨੂੰ ਭਰਾਵਾਂ ਨੂੰ ਸਾਹਮਣੇ ਸਕਰੀਨ 'ਤੇ ਮਿਲ ਗਿਆ ਹੋਵੇਗਾ। ਤੁਸੀਂ ਗੱਲ ਕਰਨੀ ਆਪਣੇ ਨਾਲ, ਉੱਪਰਲਾ ਨੰਬਰ ਭਾਈ ਸ਼ਫਕਤ ਦਾ ਹੈ, 24 ਘੰਟੇ ਆਪਣੀ ਵਟਸਐਪ ਔਨ ਹੁੰਦੀ, ਨੀਚਲਾ ਨੰਬਰ ਮੇਰਾ ਹੁੰਦਾ ਹੈ। ਤੁਸੀਂ ਆਪਾਂ ਨੂੰ ਕਿਸੇ ਵੀ ਟਾਈਮ, ਅਗਰ ਕਾਲ 'ਤੇ ਰਾਬਤਾ ਨਾ ਹੋ ਸਕੇ, ਤੁਸੀਂ ਆਪਾਂ ਨੂੰ ਵਟਸਐਪ 'ਤੇ ਇਤਲਾਹ ਦੇ ਸਕਦੇ ਜੀ, ਤਾਂ ਆਪਾਂ ਤੁਹਾਨੂੰ ਨੰਬਰ ਦੇਵਾਂਗੇ ਡਾਇਰੈਕਟ ਭਾਈ ਦਾ, ਜਿਹੜੇ ਦੋਸਤ ਨੇ ਆਪਾਂ ਨੂੰ ਇਹ ਵੀਡੀਓ ਸੈਂਡ ਕੀਤੀ ਹੈ। ਆਪਣਾ ਆਫਿਸ ਹੈ ਆਰਫ ਵਾਲਾ ਸ਼ਹਿਰ, ਕੁਮਾਰਾਂ ਵਾਲਾ ਚੌਕ। ਇਹ ਭਰਾਉਣ ਮੈਂ ਹਰ ਮੂਵੀ ਦੱਸਦਾ ਹੁੰਦਾ ਕਿ ਆਪਾਂ ਸਿਰਫ ਯੂਟਿਊਬ 'ਤੇ ਵੀਡੀਓ ਅਪਲੋਡ ਨਹੀਂ ਕਰਦੇ ਪਏ, ਅੱਲਾਹ ਦਾ ਸ਼ੁਕਰ ਹੈ ਅਸੀਂ ਡੀਲਰ ਹਾਂ, ਜ਼ਮੀਨਾਂ ਸੇਲ ਕਰਦੇ ਪਏ ਹਾਂ। ਆਪਣਾ ਆਫਿਸ ਹੈ ਆਰਫ ਵਾਲਾ ਸ਼ਹਿਰ, ਕੁਮਾਰਾਂ ਵਾਲਾ ਚੌਕ। ਤੁਸੀਂ ਆਪਣੇ ਕੋਲ ਆਉਣ ਤੋਂ ਇੱਕ ਦਿਨ ਪਹਿਲੇ ਆਪਾਂ ਨੂੰ ਇਤਲਾਹ ਦੇਣੀ ਹੈ, ਤੁਸੀਂ ਆਪਣੇ ਆਫਿਸ ਆ ਕੇ ਕਿਸੇ ਵੀ ਜ਼ਮੀਨ ਦੇ ਬਾਰੇ 'ਚ ਗੱਲਬਾਤ ਕਰ ਸਕਦੇ ਜੀ, ਮਸ਼ਵਰਾ ਕਰ ਸਕਦੇ ਜੀ। ਦੋਸਤੋ, ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ, ਸਾਡੀ ਵੀਡੀਓ
لائک تے شیئر اے ضرور کرو. انشاءاللہ ملانگے اگلی ویڈیو تے. خدا حافظ.